ਸੋ ਹਾਂ ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਮੈਂ ਰਮਨਦੀਪ ਸਿੰਘ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨਿੰਨ ਇੰਸਟੀਚਿਊਟ ਤੇ ਸੋ ਸਵਾਗਤ ਕਰਦਾ ਹਾਂ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਚੈਨਲ ਦੇ ਉੱਤੇ ਸੋ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਇੰਡੀਅਨ ਪੋਲਿਟੀ ਦਾ ਜਿਹੜਾ ਹੈ 18 ਨੰਬਰ ਪਾਰਟ ਡਿਸਕਸ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਆਪਾਂ 4000 ਐਮਸੀਕਿਊ ਸੀਰੀਜ਼ ਦਾ ਟਾਰਗੇਟ ਰੱਖਿਆ ਹੋਇਆ ਸੋ 18 ਨੰਬਰ ਆਪਣੇ ਪਾਰਟੇ ਹੋ ਚੁੱਕੇ ਹੈਗੇ ਆ ਇਸ ਤੋਂ ਪਹਿਲਾਂ ਵਾਲੀਆਂ ਵੀਡੀਓਜ਼ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋਗੇ ਇਸ ਸਾਰੀਆਂ ਹੀ ਕਲਾਸ ਦੇ ਤੁਹਾਨੂੰ ਭਾਰਤ ਅਤੇ ਪੰਜਾਬ ਲੈਵਲ ਦੇ ਸਾਰੇ ਹੀ ਐਗਜ਼ਾਮ ਦੇ ਲਈ ਹੈਲਪਫ ਰਹੇਗਾ ਜਿਸ ਦੇ ਵਿੱਚ ਆਪਾਂ ਹਰ ਇੱਕ ਕੁਐਸਚਨ ਜੋ ਪ੍ਰੀਵੀਅਸ ਐਗਜ਼ਾਮਾਂ ਦੇ ਵਿੱਚ ਆਇਆ ਹੋਇਆ ਉਹਨਾਂ ਨੂੰ ਕਵਰ ਕੀਤਾ ਹੋਇਆ ਹੈ ਓਕੇ WhatsApp group join ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ ਕਲਾਸਾਂ ਦੇ ਨੋਟੀਫਿਕੇਸ਼ਨ ਪਲੱਸ ਇਸ ਤੋਂ ਲਾਹਵਰ ਹੋਰ ਕਾਫੀ ਸਾਰੀ ਇਨਫਰਮੇਸ਼ਨ ਪ੍ਰੋਵਾਈਡ ਕੀਤੀ ਜਾਂਦੀ ਹੈ ਅਤੇ ਥਿਉਰੀ ਕਲਾਸਸ PDF ਤੇ ਟੈਸਟ ਜੁਆਇਨ ਕਰਨ ਦੇ ਲਈ ਤੁਸੀਂ ਜਿਹੜਾ ਹੈ ਰਮਨ ਇੰਸਟੀਚਿਊਟ ਦੀ ਜੋ ਐਪ ਐਪ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਉੱਥੇ ਤੁਹਾਨੂੰ ਇਹ ਸਾਰਾ ਮਟੀਰੀਅਲ ਜਿਹੜਾ ਉਹ ਪ੍ਰੋਵਾਈਡ ਕੀਤਾ ਗਿਆ ਹੈ ਓਕੇ ਸੋ ਇੱਕ ਦੋ ਦਿਨ ਆਪਣੀ ਜਿਹੜੀ ਕਲਾਸ ਉਹ ਲਾਈਵ ਨਹੀਂ ਚੱਲੇਗੀ ਇਸ ਤੋਂ ਬਾਅਦ ਜਿਹੜਾ ਹੈ ਤੁਹਾਨੂੰ ਕਲਾਸ ਚ ਰੈਗੂਲਰ ਆਪਾਂ ਲਾਈਵ ਫਿਰ ਸ਼ੁਰੂ ਕਰ ਲਵਾਂਗੇ ਇਹਨਾਂ ਸਾਰੇ ਕੋਰਸਸ ਨੂੰ ਜਿਹੜਾ ਮੈਂ ਪੂਰਾ ਕੰਪਲੀਟ ਕੀਤਾ ਹੋਇਆ ਤਾਂ ਤੁਸੀਂ ਐਪ ਦੇ ਉੱਪਰ ਜਾ ਕੇ ਜਿਹੜਾ ਹੈਗਾ ਕਿ ਕੋਰਸ ਪਰਚੇਸ ਕਰ ਸਕਦੇ ਹੋ ਜਿਸ ਦੇ ਵਿੱਚ ਪੀਐਸਟੈਟ ਪੰਜਾਬੀ ਮਾਸਟਰ ਡਿਗਰੀ ਪੋਲੀਟੀਕਲ ਸਾਇੰਸ ਹਿਸਟਰੀ ਜੀਓਗ੍ਰਾਫੀ ਦੇ ਫੁੱਲ ਕੋਰਸਸ ਬਣੇ ਹੋਏ ਆ ਜਿਹੜੇ ਕਿ ਤੁਹਾਨੂੰ ਹਰ ਇੱਕ ਐਗਜ਼ਾਮ ਦੇ ਲਈ ਹੈਲਪਰ ਰਹਿਣਗੇ ਤਾਂ ਸ਼ੁਰੂ ਕਰਦੇ ਆਂ ਸੈਸ਼ਨ ਅੱਜ ਦਾ ਆਪਣਾ ਸੋ 341 ਨੰਬਰ ਕੁਐਸਚਨ ਹੈ ਜੀ ਭਾਰਤ ਦੇ ਵਿੱਚ ਰਾਜਾਂ ਦੇ ਵਿਚਕਾਰ ਸਹਿਯੋਗ ਅਤੇ ਤਾਲਮੇਲ ਨੂੰ ਸੁਰੱਖਿਤ ਕਰਨ ਦੇ ਲਈ ਹੀਠਾਂ ਦਿੱਤਿਆਂ ਦੇ ਵਿੱਚੋਂ ਕਿਹੜਾ ਗੈਰ ਸੰਵਿਧਾਨਿਕ ਜਾਂ ਗੈਰ ਕਾਨੂੰਨੀ ਉਪਕਰਨ ਹੈ ਪੁੱਛਿਆ ਗਿਆ ਹੈ ਕਿ ਇਹਨਾਂ ਦੇ ਵਿੱਚੋਂ ਕਿਹੜੀ ਅਜਿਹੀ ਸੰਸਥਾ ਹੈ ਜਿਹੜੀ ਕੇਸ ਸੰਵਿਧਾਨ ਦੇ ਵਿੱਚ ਐਡ ਨਹੀਂ ਹੈ ਮਤਲਬ ਕਨਸਟੀਟਿਊਸ਼ਨ ਦੇ ਅਕੋਰਡਿੰਗ ਉਹਦੀ ਬਵਿਸਥਾ ਜ਼ਰੂਰੀ ਨਹੀਂ ਹੈ ਵੈਸੇ ਹੈਗਿਆ ਨੇ ਬਟ ਕਿਤੇ ਕਨਸਟੀਟਿਊਸ਼ਨ ਦੇ ਵਿੱਚ ਕੋਈ ਆਰਟੀਕਲ ਉਹਦੇ ਨਾਲ ਸਬੰਧਤ ਨਹੀਂ ਹੈ ਸੋ ਉਹ ਹੈਗਿਆ ਨੇ ਜੀ ਪਹਿਲੀਆਂ ਤਿੰਨ ਜਿਸ ਦੇ ਵਿੱਚ ਰਾਸ਼ਟਰੀ ਵਿਕਾਸ ਕੌਂਸਲ ਰਾਜਪਾਲ ਦੀ ਕਾਨਫਰੰਸ ਤੇ ਜਰਨਲ ਕੌਂਸਲ ਇਹ ਤਿੰਨੋਂ ਦੇ ਤਿੰਨੋ ਜਿਹੜੇ ਹੈਗੇ ਨੇ ਗੈਰ ਸਵਿਧਾਨਿਕ ਨੇਗੇ ਮਤਲਬ ਕਿ ਕਨਸਟੀਟਿਊਸ਼ਨ ਦੇ ਵਿੱਚ ਇਹਨਾਂ ਦੇ ਬਾਰੇ ਕੋਈ ਵਿਸ਼ੇਸ਼ ਆਰਟੀਕਲ ਜਾਂ ਕੋਈ ਵਿਸ਼ੇਸ਼ ਵਿਵਸਥਾ ਨਹੀਂ ਹੈਗੀ ਪਰ ਇਹਨਾਂ ਦੇ ਵਿੱਚੋਂ ਹੀ ਇੱਕ ਅੰਤਰਰਾਜੀ ਜਿਹੜੀ ਕੌਂਸਲ ਹੈਗੀ ਆ ਕਿ ਠੀਕ ਹੈ ਜਿਹਨੂੰ ਕਿ ਇੰਟਰ ਸਟੇਟ ਕੌਂਸਲ ਕਹ ਦਿੰਦੇ ਹੈਗੇ ਆ ਕਿ ਸੋ ਇਸ ਦੀ ਜਿਹੜੀ ਵਿਵਸਥਾ ਉਹ ਆਰਟੀਕਲ 263 ਦੇ ਵਿੱਚ ਕੀਤੀ ਗਈ ਹੈ ਮਤਲਬ ਕਿ ਇੱਕ ਸਵਿਧਾਨਿਕ ਸੰਸਥਾ ਹੈ ਸਵਿਧਾਨ ਦੇ ਵਿੱਚ ਇਸ ਦੀ ਬਵਿਸਥਾ ਕੀਤੀ ਗਈ ਹੈ ਇਸ ਕਰਕੇ ਇਹਨਾਂ ਚਾਰਾਂ ਦੇ ਵਿੱਚੋਂ ਇੱਕੋ ਇੱਕ ਸੰਸਥਾ ਸੀਗੀ ਇੰਟਰ ਸਟੇਟ ਕੌਂਸਲ ਜੋ ਕਿ ਆਰਟੀਕਲ 263 ਦੇ ਵਿੱਚ ਦੱਸੀ ਗਈ ਹੈਗੀਆ ਬਾਕੀ ਤਿੰਨ ਜਿਹੜੀਆਂ ਉਹ ਗੈਰ ਸੰਵਿਧਾਨਿਕ ਸੀ ਜਿਦਾ ਕੋਈ ਜ਼ਿਕਰ ਨਹੀਂ ਹੈ ਸੰਵਿਧਾਨ ਦੇ ਵਿੱਚ ਨੈਕਸਟ ਹੈ 342 ਹੇਠ ਲਿਖਿਆਂ ਦੇ ਵਿੱਚੋਂ ਕਿਸ ਨੂੰ ਲੋਕ ਸਭਾ ਤੇ ਰਾਜ ਸਭਾ ਦੋਵਾਂ ਦੀਆਂ ਚੋਣਾਂ ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਹੁੰਦਾ ਹੈ ਸੰਸਦ ਦੇ ਹੇਠਲੇ ਸਦਨ ਦੇ ਚੁਣੇ ਗਏ ਮੈਂਬਰਾਂ ਨੂੰ ਸੰਸਦ ਦੇ ਉੱਪਰਲੇ ਸਦਨ ਦੇ ਚੁਣੇ ਗਏ ਮੈਂਬਰਾਂ ਨੂੰ ਰਾਜ ਵਿਧਾਨ ਸਭਾ ਦੇ ਉੱਪਰਲੇ ਸਦਨ ਦੇ ਚੁਣੇ ਗਏ ਮੈਂਬਰਾਂ ਨੂੰ ਜਾਂ ਫਿਰ ਰਾਜ ਵਿਧਾਨ ਸਭਾ ਦੇ ਹੇਠਲੇ ਸਦਨ ਦੇ ਚੁਣੇ ਗਏ ਮੈਂਬਰਾਂ ਨੂੰ ਇਨਾਂ ਦੇ ਵਿੱਚੋਂ ਸਿਰਫ ਉਸ ਸੰਸਥਾ ਦੇ ਬਾਰੇ ਪੁੱਛਿਆ ਗਿਆ ਹੈ ਜਿਹੜਾ ਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਵੋਟ ਪਾ ਸਕਦਾ ਹੈ ਤੇ ਰਾਜ ਸਭਾ ਦੀਆਂ ਵੋਟਾਂ ਦੇ ਵਿੱਚ ਵੀ ਵੋਟ ਪਾ ਸਕਦਾ ਹੈ ਸੋ ਇਨਾਂ ਦੇ ਵਿੱਚੋਂ ਉਹ ਸੰਸਥਾ ਹੈ ਜੀ ਓਕੇ ਸੌਰੀ ਇਸ ਦੇ ਵਿੱਚ ਆਪਸ਼ਨ ਸੀ ਹੈ ਓਕੇ ਕਟਲਾ ਸਦਨ ਹੈ ਡੀ ਆਨਸਰ ਹੋਊਗਾ ਥੇ ਠੀਕ ਹੈ ਮੈਂ ਪੀਡੀਐਫ ਦੇ ਵਿੱਚ ਥੋੜਾ ਚੇਂਜ ਕਰ ਦੇਵਾਂਗਾ ਸਾਨੂੰ ਤੈਨ ਰੱਖਿਓ ਸੋ ਡੀ ਆਨਸਰ ਇਸ ਦਾ ਕਰੈਕਟ ਰਹੇਗਾ ਰਾਜ ਦੀ ਵਿਧਾਨ ਸਭਾ ਦੇ ਹੇਠਲੇ ਸਦਨ ਠੀਕ ਹੈ ਜਿਹਨੂੰ ਕਿ ਵਿਧਾਨ ਸਭਾ ਕਹਿ ਦਿੰਨੇ ਆਪਾਂ ਜਿਸਨੂੰ ਕਿ ਵਿਧਾਨ ਸਭਾ ਕਹਿ ਦਿੰਨੇ ਹੈਗੇ ਆਂਗੇ ਸੋ ਇਹ ਸਦਨ ਜਿਹੜਾ ਹੈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਹਿੱਸਾ ਲੈਂਦਾ ਹੈ ਤੇ ਰਾਜ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਵੋਟ ਪਾਉਣ ਦਾ ਅਧਿਕਾਰ ਰੱਖਦਾ ਹੈ ਠੀਕ ਹੈ ਤਾਂ ਡੀ ਆਨਸਰ ਕਰੈਕਟ ਰਹੂਗਾ ਠੀਕ ਹੈ ਪੀਡੀਐਫ ਦੇ ਵਿੱਚ ਮੈਂ ਇਸ ਨੂੰ ਚੇਂਜ ਕਰ ਦੇਵਾਂਗਾ ਸੋ ਡੀ ਆਨਸਰ ਇਸ ਦਾ ਕਰੈਕਟ ਕਰ ਲੈਣਾ ਜੀ ओके राज्य विधानसभा ਦੇ ਹੇਟਲਾ ਸਦਨ ਮਤਲਬ ਜਿਹਨੂੰ ਆਪਾਂ ਵਿਧਾਨ ਸਭਾ ਕਹਿੰਦੇ ਆ ਲੋਕ ਸਭਾ ਦੇ ਵਿੱਚ ਵੀ ਵੋਟ ਪਾ ਸਕਦਾ ਹੈ ਤੇ ਰਾਜ ਸਭਾ ਦੇ ਵਿੱਚ ਤਾਂ ਪਉਂਦਾ ਹੀ ਪਉਂਦਾ ਹੈ ਤੁਹਾਨੂੰ ਪਤਾ ਹੀ ਹੈ ओके ਨੈਕਸਟ ਹੈ ਜੀ ਕਿ ਰਾਜ ਵਿਧਾਨ ਮੰਡਲ ਜਿਹੜੇ ਹੈ ਇਹ ਹੇਟਲਿਸ ਇਸ ਦੇ ਹੇਠਲੇ ਸਦਨ ਦੇ ਚੁਣੇ ਗਏ ਮੈਂਬਰ ਜਿਹੜੇ ਹੈ ਉਹ ਯੂਨੀਵਰਸਲ ਬਾਲਗ ਮਤ ਅਧਿਕਾਰ ਦੇ ਆਧਾਰ ਦੇ ਉੱਪਰ ਜਿਹੜਾ ਹੈ ਵੋਟ ਪਾ ਸਕਦੇ ਹੁੰਦੇ ਹੈਗੇ ਆ ਇਹਨਾਂ ਨੂੰ ਦੋਨਾਂ ਹੀ ਯਾਨੀ ਕਿ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਵੋਟ ਪਾਉਣ ਦਾ ਜਿਹੜਾ ਉਹ ਅਧਿਕਾਰ ਦਿੱਤਾ ਗਿਆ ਹੁੰਦਾ ਹੈ ਰਾਜ ਵਿਧਾਨ ਸਭਾ ਦੇ ਕੋਲ ਕਾਨੂੰਨ ਬਣਾਉਣ ਤੋਂ ਇਲਾਵਾ ਰਾਸ਼ਟਰਪਤੀ ਦੀ ਚੋਣ ਕਰਨ ਦੀ ਸ਼ਕਤੀ ਵੀ ਹੁੰਦੀ ਹੈ ਕਿਉਂਕਿ ਇਹ ਆਪਾਂ ਪੜਿਆ ਸੀਗਾ ਰਾਸ਼ਟਰਪਤੀ ਵਾਲੇ ਚੈਪਟਰ ਦੇ ਵਿੱਚ ਕਿ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਪਾਰਟਿਸਿਪੇਟ ਕਰਦੇ ਹੁੰਦੇ ਹੈਗੇ ਨੇਗੇ ਓਕੇ ਨੈਕਸਟ ਹੈ ਜੀ 343 ਨੰਬਰ ਭਾਰ ਦੇ ਸਦਰਭਭ ਦੇ ਵਿੱਚ ਨੌਕਰਸ਼ਾਹੀ ਲਈ ਹੇਟ ਲਿਖਿਆ ਦੇ ਵਿੱਚੋਂ ਕਿਹੜੀ ਵਿਸ਼ੇਸ਼ਤਾ ਟੁਕਮੀ ਹੈ ਸੰਸਦੀ ਲੋਕਤੰਤਰ ਦੇ ਦਾਰੇ ਡਾਇਰੇ ਨੂੰ ਵਧਾਉਣ ਦੇ ਲਈ ਵਧਾਉਣ ਵਾਲੀ ਇੱਕ ਏਜੰਸੀ ਹੈ ਸੰਗਵਾਦ ਦੇ ਢਾਂਚੇ ਨੂੰ ਮਜ਼ਬੂਤ ਕਰਨ ਵਾਲੀ ਇੱਕ ਏਜੰਸੀ ਹੈ ਸਿਆਸੀ ਸ tựਤਾ ਆਰਥਿਕ ਵਿਕਾਸ ਦੀ ਸਹੂਲਤਾਂ ਦੇ ਲਈ ਇੱਕ ਏਜੰਸੀ ਹੈ ਜਾਂ ਜਨਤਕ ਨੀਤੀਆਂ ਨੂੰ ਲਾਗੂ ਕਰਨ ਵਾਲੀ ਇੱਕ ਏਜੰਸੀ ਹੈ ਭਾਰਤ ਦੇ ਵਿੱਚ ਜਿਹੜੀ ਨੌਕਰਸ਼ਾਹੀ ਹੈ ਉਹਨਾਂ ਦੀ ਵਿਸ਼ੇਸ਼ਤਾ ਕੀ ਹੈ ਇਹਨਾਂ ਦੇ ਵਿੱਚੋਂ ਸਸਤੀ ਵਿਸ਼ੇਸ਼ਤਾ ਹੈ ਜੀ ਕਿ ਇਹ ਇੱਕ ਜਨਤਕ ਨੀਤੀਆਂ ਨੂੰ ਲਾਗੂ ਕਰਨ ਵਾਲੀ ਏਜੰਸੀ ਹੈ ਜਿਹੜੀ ਕਿ ਸਰਕਾਰ ਦੇ ਦੁਆਰਾ ਬਣਾਏ ਜਾਂਦੇ ਹੈਗੇ ਤੇ ਉਸ ਨੂੰ ਲਾਗੂ ਕਰਾਉਣ ਦਾ ਕੰਮ ਜਿਹੜਾ ਹੈ ਉਹ ਨੌਕਰਸ਼ਾਹੀ ਦਾ ਰਹਿੰਦਾ ਹੈ ਠੀਕ ਹੈ ਨੌਕਰਸ਼ਾਹੀ ਦਾ ਮੁੱਖ ਕੰਮ ਕਰਨਾ ਹੈ ਨੀਤੀਆਂ ਨੂੰ ਲਾਗੂ ਕਰਨ ਵਾਲੀ ਏਜੰਸੀ ओके सो ਨੌਕਰ ਸ਼ਾਹੀ ਦੀ ਨਿਯੁਕਤੀ ਜਿਹੜੀ ਹੈ ਉਹ ਰਾਸ਼ਟਰਪਤੀ ਦੁਆਰਾ ਸੈਂਟਰ ਦੇ ਵਿੱਚ ਅਤੇ ਰਾਜ ਦੇ ਵਿੱਚ ਰਾਜਪਾਲ ਦੇ ਦੁਆਰਾ ਕੀਤੀ ਜਾਂਦੀ ਹੁੰਦੀ ਹੈ ਗਿਆ ਸਾਰੇ ਹੀ ਨੌਕਰ ਸ਼ਾਹੀ ਜਿੰਨੇ ਵੀ ਰਹਿਣਗੇ ਕੁਐਸਚਨ ਨੰਬਰ 344 ਹੈ ਜੀ ਰਾਸ਼ਟਰਪਤੀ ਦੇ ਆਉਂਦੇ ਦੇ ਉਮੀਦਵਾਰ ਦਾ ਪ੍ਰਸਤਾਵਕ ਬਣਨ ਦੇ ਲਈ ਘੱਟੋ-ਘੱਟ ਵੋਟਰਾਂ ਦੀ ਲੋੜ ਹੁੰਦੀ ਹੈ 10 ਵੋਟਰਾਂ ਦੀ 50 ਵੋਟਰਾਂ ਦੀ 40 ਵੋਟਰਾਂ ਦੀ ਜਾਂ ਫਿਰ 2/3 ਵੋਟਰਾਂ ਦੀ पूछा गया है कि जेकर कोई व्यक्ति राष्ट्रपति ਦੇ ਲਈ ਆਪਣੇ ਆਪ ਨੂੰ ਉਮੀਦਵਾਰ ਘੋਸ਼ਿਤ ਕਰਦਾ ਹੈ ਤਾਂ ਉਹਦੇ ਲਈ ਜਿਹੜਾ ਪ੍ਰਸਤਾਵ ਰੱਖਿਆ ਜਾਂਦਾ ਹੁੰਦਾ ਹੈ ਮੈਂਬਰਾਂ ਦੀ ਜਿਹੜੀ ਗਿਣਤੀ ਹੁੰਦੀ ਹੈ ਕਿ ਹੈਗੀ ਉਹ ਕਿੰਨੀ ਹੋਣੀ ਚਾਹੀਦੀ ਹੈ ਜਿਹਦੇ ਦੁਆਰਾ ਉਸ ਨੂੰ ਜਿਹੜਾ ਪ੍ਰਸਤਾਵਿਤ ਕੀਤਾ ਜਾਊਗਾ ਸੋ ਉਹਨਾਂ ਮੈਂਬਰਾਂ ਦੀ ਜਿਹੜੀ ਸੰਖਿਆ ਹੈਗੀ ਅੱਗੇ ਉਹ 50 ਰਹਿੰਦੀ ਹੈਗੀ ਸੋ 50 ਵੋਟਰ ਜਿਹੜੇ ਹੈਗੇ ਨਿੰਗੇ ਉਹ ਪ੍ਰਸਤਾਵ ਪਾਸ ਕਰਦੇ ਹੈਗੇ ਨਿੰਗੇ ਕਿ ਅਸੀਂ ਇਸ ਵਿਅਕਤੀ ਨੂੰ ਜਿਹੜਾ ਹੈ ਰਾਸ਼ਟਰਪਤੀ ਚੋਣ ਦੇ ਲਈ ਜਿਹੜਾ ਹੈ ਨਾਮਿਨੇਟ ਕਰਦੇ ਹੈਗੇਾਂਗੇ ਸੋ ਉੱਥੇ ਹੀ ਫਿਰ ਉਸ ਦਾ ਜਿਹੜਾ ਹੈ ਅੱਗੇ ਰਾਸ਼ਟਰਪਤੀ ਚੋਣ ਦੇ ਵਿੱਚ ਜਾਣਾ ਲਾਜ਼ਮੀ ਹੋ ਜਾਂਦਾ ਹੈ ਪਰ ਜੇਕਰ 50 ਵਿਅਕਤੀ ਨਹੀਂ ਮਿਲਦੇ ਹੈਗੇ ਕਿ ਜਾਂ 50 ਵੋਟਰ ਨਹੀਂ ਮਿਲਦੇ ਤਾਂ ਉਹ ਅੱਗੇ ਉਮੀਦਵਾਰ ਦੇ ਲਈ ਚੋਣ ਨਹੀਂ ਲੜ ਸਕਦਾ ਯਾਦ ਰੱਖਣਾ ਹੈ ਕਿ 50 ਮੈਂਬਰ ਜਿਹੜੇ ਹੈ ਲੋਕ ਕੁਸਬਾ ਅਤੇ ਰਾਜ ਸਭਾ ਦੋਨਾਂ ਦੇ ਵਿੱਚੋਂ ਹੋ ਸਕਦੇ ਮਤਲਬ 25-25 ਵੀ ਹੋ ਸਕਦੇ ਤੇ ਇੱਕ ਦੇ ਵਿੱਚੋਂ ਵੀ 50 ਹੋ ਸਕਦੇ ਆ ਕੋਈ ਇਸ਼ੂ ਨਹੀਂ ਹੈਗਾ ਇੱਥੇ ਓਕੇ ਜਿੱਥੇ ਆਪਾਂ ਇਹ ਪੜਿਆ ਹੈ ਕਿ ਜਦੋਂ ਕਿਸੇ ਰਾਸ਼ਟਰਪਤੀ ਨੂੰ ਨਾਮਜ਼ਦਗੀ ਕਰਨ ਦੇ ਲਈ ਪ੍ਰਸਤਾਵਤ ਕੰਨ ਲਈ 50 ਮੈਂਬਰਾਂ ਦੇ ਪ੍ਰਸਤਾਵ ਹੋਣਾ ਜ਼ਰੂਰੀ ਹੈ ਉੱਥੇ ਹੀ ਅੱਗੇ ਵੋਟਰਾਂ ਨੂੰ 50 ਵੋਟਰ ਫਿਰ ਅੱਗੇ ਨਾਮਜ਼ਦਗੀ ਪੱਤਰ ਦਾ ਸਮਰਥਨ ਕਰਨ ਦੀ ਵੀ ਲੋੜ ਹੁੰਦੀ ਹੈ ਕਿ ਹਾਂਜੀ ਇਸ ਨੂੰ ਨਾਮਿਨੇਟ ਕੀਤਾ ਗਿਆ ਹੈਗਾ ਕਿ ਇਹ ਰਾਸ਼ਟਰਪਤੀ ਚੋਣ ਲੜੇਗਾ ਫਿਰ ਅੱਗੇ 50 ਵੋਟਰ ਫਿਰ ਤੋਂ ਅੱਗੇ ਸਾਈਨ ਕਰਨਗੇ ਸਮਰਥਨ ਕਰਨਗੇ ਉਸ ਦਾ ਕਿ ਜੀ ਵਾਕਈ ਇਹ ਚੋਣ ਲੜਨ ਦੇ ਕਾਬਿਲ ਹੈ ਮਤਲਬ ਟੋਟਲ 100 ਹੀ ਹੋ ਜਾਂਦੇ ਹੈ ਪਹਿਲਾਂ 50 ਦੇ ਦੁਆਰਾ ਪ੍ਰਸਤਾਵਿਤ ਕੀਤਾ ਜਾਊਗਾ ਤੇ ਅਗਲੇ 50 ਜਿਹੜੇ ਰਹਿਣਗੇ ਉਹ ਨਾਮਜ਼ਦਗੀ ਪੱਤਰ ਦਾ ਸਮਰਥਨ ਕਰਨਗੇ ਓਕੇ ਨੈਕਸਟ ਹੈ 345 ਹੀਡ ਲਿਖਣ ਦੇ ਵਿੱਚੋਂ ਕਿਹੜਾ ਰਾਸ਼ਟਰਪਤੀ ਦੀ ਉਮੀਦਵਾਰੀ ਦੇ ਲਈ ਚੋਰੀ ਯੋਗਤਾ ਨਹੀਂ ਹੈ 35 ਸਾਲ ਦੀ ਉਮਰ ਪੜ੍ਹੇ ਲਿਖਿਆ ਹੋਣਾ ਲੋਕ ਸਭਾ ਦੇ ਮੈਂਬਰ ਦੇ ਵਜੋਂ ਚੋਣ ਲਈ ਯੋਗ ਹੋਵੇ ਜਾਂ ਭਾਰਤ ਦਾ ਨਾਗਰਿਕ ਹੋਵੇ ਸੋ ਰਾਸ਼ਟਰਪਤੀ ਬਣਨ ਦੇ ਲਈ ਚਾਹੇ ਪ੍ਰਧਾਨ ਮੰਤਰੀ ਬਣਨ ਦੇ ਲਈ ਤੇ ਚਾਹੇ ਕੋਈ ਹੋਰ ਲੀਡਰ ਬਣਨ ਦੇ ਲਈ ਕਿਤੇ ਵੀ ਐਜੂਕੇਸ਼ਨ ਦਾ ਜ਼ਿਕਰ ਨਹੀਂ ਕੀਤਾ ਗਿਆ ਉਹ ਪੜ੍ਹੇ ਲਿਖਿਆ ਹੋਵੇ ਅਨਪੜ੍ਹ ਹੋਵੇ ਜਾਂ ਕਿੰਨੀ ਐਜੂਕੇਸ਼ਨ ਹੋਵੇ ਇਸ ਬਾਰੇ ਕੋਈ ਚਰਚਾ ਨਹੀਂ ਹੈਗੀਗੀ ਤਾਂ ਇੱਥੇ ਹੀ ਸਾਡੇ ਕੋਲੇ ਸਭ ਤੋਂ ਵੱਡੀ ਕਮੀ ਰਹਿ ਜਾਂਦੀ ਹੈ ਕਿ ਸਾਡੇ ਅਨਪੜ੍ਹ ਜਿਹੜੇ ਕੈਸਾ ਦੇ ਵਿਅਕਤੀ ਨੇ ਉਹ ਵੱਡੇ ਵੱਡੇ ਅਹੁਦੇ ਤੇ ਪਹੁੰਚ ਜਾਂਦੇ ਹੈਗੇ ਪਰ ਪੜ੍ਹੇ ਲਿਖੇ ਜਿਹੜੇ ਉਹ ਪਿੱਛੇ ਰਹਿ ਜਾਂਦੇ ਹੈਗੇ ਹਨ ਸੋ ਇਹ ਪੜ੍ਹੇ ਲਿਖੇ ਦੀ ਇੱਥੇ ਕੋਈ ਵੀ ਜਿਹੜਾ ਕ ਹੇ ਕਿ ਸ਼ਰਤ ਨਹੀਂ ਹਾਂ 35 ਸਾਲ ਤੋਂ ਵੱਧ ਉਮਰ ਹੋਣੀ ਚਾਹੀਦੀ ਹੈ ਲੋਕ ਸਭਾ ਦਾ ਮੈਂਬਰ ਬਣ ਦੇ ਯੋਗ ਹੋਣਾ ਚਾਹੀਦਾ ਤੇ ਭਾਰਤ ਦਾ ਨਾਗਰਿਕ ਹੋਣਾ ਜ਼ਰੂਰੀ ਹੈ ਇਹ ਰਾਸ਼ਟਰਪਤੀ ਦੀਆਂ ਜ਼ਰੂਰੀ ਸ਼ਰਤਾਂ ਨਹੀਂ ਕਿਹਾ ਠੀਕ ਹੈ ਆਰਟੀਕਲ 58 ਧਾਰਾ 1 ਆਰਟੀਕਲ 58 ਧਾਰਾ 1 ਦੇ ਤੌਰ ਦੇ ਉੱਪਰ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਦੇ ਤੌਰ ਤੇ ਚੋਣ ਲਈ ਯੋਗਤਾ ਦਾ ਦਰਜਾ ਦਿੱਤਾ ਗਿਆ ਕਿ ਕੋਈ ਵੀ ਵਿਅਕਤੀ ਰਾਸ਼ਟਰਪਤੀ ਦੇ ਵਜੋਂ ਚੋਣ ਲਈ ਯੋਗ ਨਹੀਂ ਹੋਵੇਗਾ ਜਦੋਂ ਤੱਕ ਉਸਦੇ ਕੋਲੇ ਭਾਰਤੀ ਨਾਗਰਿਕਤਾ ਨਹੀਂ ਹੈ ਜਾਂ ਉਹ 35 ਸਾਲਾਂ ਦਾ ਨਹੀਂ ਹੋ ਗਿਆ ਹੈ ਤੇ ਜਾਂ ਫਿਰ ਉਹ ਲੋਕ ਸਭਾ ਦੇ ਮੈਂਬਰ ਬਣ ਦੀ ਯੋਗਤਾ ਨਾ ਰੱਖਦਾ ਹੋਵੇ ਠੀਕ ਹੈ ਪੜੇ ਲਿਖੇ ਵਾਲੀ ਐਜੂਕੇਸ਼ਨ ਵਾਲੀ ਕੋਈ ਵੀ ਪਾਲਿਸੀ ਕਿਸੇ ਵੀ ਲੀਡਰ ਦੇ ਲਈ ਨਹੀਂ ਹੈਗੀ ਇਹ ਸਿਰਫ ਤੁਹਾਡੇ ਗਵਰਨਮੈਂਟ ਐਗਜ਼ਾਮ ਕਲੀਅਰ ਕਰਨ ਦੇ ਲਈ ਹੈਗੀ ਆ ਉਹਨਾਂ ਦੇ ਲਈ ਕੋਈ ਵੀ ਨਹੀਂ ਹੈ ਠੀਕ ਹੈ ਜੀ ਨੈਕਸਟ ਹੈ ਜੀ 346 ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਭਾਰਤ ਦੇ ਰਾਸ਼ਟਰਪਤੀ ਦੇ ਆਉਂਦੇ ਦੇ ਲਈ ਮੁੜ ਚੋਣ ਦੇ ਲਈ ਯੋਗਤਾ ਦੀਆਂ ਸ਼ਰਤਾਂ ਨਿਰਧਾਰਤ ਕਰਦਾ ਹੈ ਆਰਟੀਕਲ 55 ਆਰਟੀਕਲ 56 ਆਰਟੀਕਲ 57 ਆਰਟੀਕਲ 60 ਕੁਐਸਚਨ ਦਾ ਮੀਨਿੰਗ ਹੈ ਕਿ ਜਦੋਂ ਕੋਈ ਭਾਰਤੀ ਰਾਸ਼ਟਰਪਤੀ ਚੁਣ ਲਿਆ ਜਾਂਦਾ ਹੈ ਇੱਕ ਵਾਰੀ ਦੁਬਾਰਾ ਤੋਂ ਫਿਰ ਉਸ ਨੂੰ ਰਾਸ਼ਟਰਪਤੀ ਬਣਨ ਦੇ ਲਈ ਫਿਰ ਤੋਂ ਕਿਹੜੀਆਂ ਕੰਡੀਸ਼ਨਸ ਅਪਲਾਈ ਕਰਨੀਆਂ ਪੈਣਗੀਆਂ ਜਾਂ ਕਿਹੜੀਆਂ ਸ਼ਰਤਾਂ ਹੋਣੀਆਂ ਚਾਹੀਨੀਆਂ ਨੇ ਇਹਨਾਂ ਦਾ ਨਿਰਧਾਰਤਨ ਕਿਹੜਾ ਆਰਟੀਕਲ ਕਰਦਾ ਹੈ ਸੋ ਹੈ ਆਰਟੀਕਲ 57 ਆਰਟੀਕਲ 57 ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਰਾਸ਼ਟਰਪਤੀ ਦੁਆਰਾ ਚੋਣ ਲੜ ਸਕਦਾ ਹੈ ਤੇ ਉਹਦੇ ਲਈ ਕੀ ਕੀ ਸ਼ਰਤਾਂ ਹੋਣੀਆਂ ਉਹਦਾ ਜ਼ਿਕਰ ਆਰਟੀਕਲ 57 ਦੇ ਵਿੱਚ ਹੈ। ओके ਆਰਟੀਕਲ 57 ਕਹਿੰਦਾ ਹੈ ਕਿ ਭਾਰਤ ਦਾ ਰਾਸ਼ਟਰਪਤੀ ਇੱਕ ਵਾਰੀ ਜਦੋਂ ਚੁਣ ਲਿਆ ਜਾਂਦਾ ਹੈ ਤਾਂ ਦੁਬਾਰਾ ਤੋਂ ਮੁੜ ਚੋਣ ਲਈ ਯੋਗਤਾ ਦੇ ਲਈ ਜਿਹੜਾ ਹੈ ਮਤਲਬ ਕਾਬਿਲ ਹੈ ਪਰ ਉਹਦੇ ਲਈ ਕੁਝ ਸ਼ਰਤਾਂ ਜਾਂ ਯੋਗਤਾ ਰੱਖੀ ਗਈ ਹੈਗੀ ਆ ਇਹ ਪ੍ਰਦਾਨ ਕਰਦਾ ਹੈ ਕਿ ਇੱਕ ਵਿਅਕਤੀ ਜੋ ਰਾਸ਼ਟਰਪਤੀ ਦਾ ਅਹੁਦਾ ਰੱਖਦਾ ਹੈ ਜਾਂ ਸੰਭਾਲਦਾ ਹੈ ਜਾਂ ਜਿਸ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਹੈ ਇਸ ਸੰਵਿਧਾਨ ਦੇ ਹੋਰ ਪਵੰਦਾ ਦੇ ਅਧੀਨ ਉਸਦੇ ਅਹੁਦੇ ਲਈ ਉਸ ਨੂੰ ਦੁਬਾਰਾ ਚੋਣ ਦੇ ਲਈ ਯੋਗ ਨਿਰਧਾਰਤ ਕੀਤਾ ਜਾਵੇਗਾ ਆਰਟੀਕਲ 57 ਦੇ ਅਧੀਨ ਨੈਕਸਟ ਹੈ 347 ਨੰਬਰ ਜਦੋਂ ਸੁਪਰੀਮ ਕੋਰਟ ਦੇ ਰਾਸ਼ਟਰਪਤੀ ਦੇ ਚੋਣ ਵਿਵਾਦ ਦੀ ਸੁਣਵਾਈ ਕਰ ਰਹੀ ਸੀ ਠੀਕ ਹੈ ਤਾਂ ਹੀਡ ਲਿਖਿਆਂ ਦੇ ਵਿੱਚੋਂ ਕਿਹੜਾ ਰਾਸ਼ਟਰਪਤੀ ਸੁਪਰੀਮ ਕੋਰਟ ਦੇ ਵਿੱਚ ਪੇਸ਼ ਹੋਇਆ ਸੀਗਾ ਡਾਕਟਰ ਜਕਰ हुसैन ਵੀ ਵੀ ਗਿਰੀ ਫਕਰੁद्दीन अली अहमद ਜਾਂ ਨੀਲਮ ਸੰਜੀਵਾ ਰੇੜੀ ਜਦੋਂ ਸੁਪਰੀਮ ਕੋਰਟ ਰਾਸ਼ਟਰਪਤੀ ਚੋਣ ਦੇ ਵਿਵਾਦ ਦੀ ਠੀਕ ਹੈ ਜਦੋਂ ਆਪਾਂ ਪੜਿਆ ਸੀ ਕਿ ਰਾਸ਼ਟਰਪਤੀ ਚੋਣ ਦਾ ਹਮੇਸ਼ਾ ਜਿਹੜਾ ਸੋਲੂਸ਼ਨ ਹੈ ਉਹ ਸੁਪਰੀਮ ਕੋਰਟ ਹੀ ਕਰਦੀ ਹੁੰਦੀ ਹੈ ਤਾਂ ਅਜਿਹੀ ਇੱਕ ਐਗਜ਼ਾਮਪਲ ਦੇਖਣ ਨੂੰ ਮਿਲਦੀ ਹੈ ਤਾਂ ਉਸ ਸਮੇਂ ਜਦੋਂ ਇਹ ਵਿਵਾਦ ਚੱਲ ਰਿਹਾ ਸੀਗਾ ਤਾਂ ਉਸ ਸਮੇਂ ਦਾ ਜਿਹੜਾ ਰਾਸ਼ਟਰਪਤੀ ਸੀਗਾ ਉਹ ਵੀ ਵੀ ਗਰੀ ਸੀਗਾ ਕਿਉਂਕਿ ਇਹ ਚੋਣ ਨੂੰ ਲੈ ਕੇ મતਭੇਦ ਹੋ ਗਿਆ ਸੀ ਝਗੜਾ ਹੋ ਗਿਆ ਸੀ ਵਿਵਾਦ ਹੋ ਗਿਆ ਸੀਗਾ ਤਾਂ ਉਸ ਸਥਿਤੀ ਦੇ ਵਿੱਚ ਸੁਪਰੀਮ ਕੋਰਟ ਨੇ ਜਿਹੜਾ ਇਸ ਦਾ ਹੱਲ ਕੀਤਾ ਸੀਗਾ ਤੇ ਇਸ ਨੂੰ ਜਿਹੜਾ ਹੈਗਾਗਾ ਚੌਥੇ ਜਿਹੜੇ ਭਾਰ ਦੇ ਰਾਸ਼ਟਰਪਤੀ ਘੋਸ਼ਿਤ ਕੀਤਾ ਸੀਗਾ ਠੀਕ ਹੈ ਜੀ ਚੋਣ ਨੂੰ ਲੈ ਕੇ ਝਗੜਾ ਹੋ ਗਿਆ ਸੀਗਾ ਵੋਟਾਂ ਨੂੰ ਲੈ ਕੇ ਇਧਰ ਉਧਰ ਹੋ ਗਿਆ ਸੀ ਕੁਝ ਸੋਸਤੀ ਦਿੱਲੀ ਜਿਹੜਾ ਇਹ ਸੁਣਵਾਈ ਦੇ ਲਈ ਤੇ ਭੇਜਿਆ ਗਿਆ ਸੀਗਾ ਓਕੇ ਸਾਬਕਾ ਰਾਸ਼ਟਰਪਤੀ ਵੀ ਵੀ ਗੀਰੀ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਕਹਿੰਦੇ ਭ੍ਰਿਸ਼ਟਾ ਅਭਿਆਸਾਂ ਦੀ ਯਾਨੀ ਕਿ ਪ੍ਰਸ਼ਤ ਚਾਰ ਦੀ ਜਿਹੜੀ ਵਰਤੋਂ ਕੀਤੀ ਸੀ ਤੇ ਇਸੇ ਦੇ ਆਧਾਰ ਦੇ ਉੱਪਰ ਜਿਹੜਾ ਇਹ ਕਹਿੰਦੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਜਿਹੜੀ ਉਹ ਜਾਰੀ ਕੀਤੀ ਗਈ ਸੀਗੀ ਦਰਜ ਕੀਤੀ ਗਈ ਸੀਗੀ ਜਿਸ ਦੇ ਤਹਿਤ ਜਿਹੜਾ ਹੈ ਵੀਵੀ ਗਿਰੀ ਨੂੰ ਜਿਹੜਾ ਹੈ ਸੁਪਰੀਮ ਕੋਰਟ ਦੇ ਸਾਹਮਣੇ ਪੇਸ਼ ਹੋਣਾ ਪਿਆ ਸੀਗਾ ਇਸ ਕੇਸ ਦੇ ਵਿੱਚ ਜਿਹੜੀ ਅਗਵਾਈ ਕੀਤੀ ਸੀਗੀ ਜੀ ਉਸ ਸਮੇਂ ਸੁਪਰੀਮ ਕੋਰਟ ਦਾ ਜਸਟਿਸ ਸੀਗਾ ਜੀ ਜਸਟਿਸ ਐਸ ਐਮ ਸਿਕਰੀ ਐਸ ਐਮ ਸਿਕਰੀ ਉਸ ਸਮੇਂ ਦਾ ਜਿਹੜਾ ਹੈ ਚੀਫ ਜਸਟਿਸ ਸੀਗਾ ਜੀ ਤੇ ਉਸ ਨੇ ਕਹਿੰਦੇ ਇਸ ਅਗਵਾਈ ਨੂੰ ਜਾਂ ਇਸ ਕੇਸ ਨੂੰ ਰੱਦ ਕਰ ਦਿੱਤਾ ਸੀ ਜਿਸ ਤੋਂ ਬਾਅਦ ਜਿਹੜਾ ਹੈਗਾ ਵੀਵੀ ਗਿਰੀ ਨੂੰ ਭਾਰਤ ਦੇ ਰਾਸ਼ਟਰਪਤੀ ਦੇ ਵਜੋਂ ਜਿਹੜਾ ਹੈ ਦੁਬਾਰਾ ਤੋਂ ਇਲੈਕਟ ਕਰ ਲਿਆ ਗਿਆ ਸੀਗਾ ਚੌਥੇ ਹੀ ਭਾਰ ਦੇ ਸਾਡੇ ਰਾਸ਼ਟਰਪਤੀ ਬਣ ਕੇ ਸੀਗੇ ਓਕੇ ਨੈਕਸਟ ਹੈ ਜੀ 348 ਭਾਰਤ ਦੇ ਰਾਸ਼ਟਰਪਤੀ ਆਪਣਾ ਅ스티ਪਕ ਕਿਸ ਨੂੰ ਸੰਬੋਧਨ ਕਰਦੇ ਆ ਲੋਕ ਸਭਾ ਦੇ ਸਪੀਕਰ ਨੂੰ ਭਾਰਤ ਦੇ ਰਾਸ਼ਟਰਪਤੀ ਨੂੰ ਉਪ ਰਾਸ਼ਟਰਪਤੀ ਨੂੰ ਭਾਰਤ ਦੇ ਚੀਫ ਜਸਟਿਸ ਨੂੰ ਜਾਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਭਾਰਤ ਦਾ ਜਿਹੜਾ ਰਾਸ਼ਟਰਪਤੀ ਹੁੰਦਾ ਹੈ ਇਹ ਆਪਣਾ ਅਸਤੀਫਾ ਜਿਹੜਾ ਹੈਗਾਗਾ ਇਹ ਹਮੇਸ਼ਾ ਭਾਰ ਦੇ ਉਪ ਰਾਸ਼ਟਰਪਤੀ ਨੂੰ ਦਿੰਦਾ ਹੈ ਉਪ ਰਾਸ਼ਟਰਪਤੀ ਆਪਣਾ ਅਸਤੀਫਾ ਰਾਸ਼ਟਰਪਤੀ ਨੂੰ ਦਿੰਦਾ ਹੈ ਦੋਨੋਂ ਇੱਕ ਦੂਜੇ ਦੇ ਉਲਟ ਹੈਗੇ ਨੇਗੀ ਠੀਕ ਹੈ ਇੱਥੇ ਜ਼ਰੂਰੀ ਹੋ ਜਾਂਦਾ ਹੈ ਕਿ ਜਦੋਂ ਰਾਸ਼ਟਰਪਤੀ ਅਸਤੀਫਾ ਦੇ ਦੇਵੇਗਾ ਤਾਂ ਉਸ ਦੀ ਸੂਚਨਾ ਉਪ ਰਾਸ਼ਟਰਪਤੀ ਤੁਰੰਤ ਹੀ ਜਿਹੜਾ ਹੈਗਾਗਾ ਲੋਕ ਸਭਾ ਦੇ ਸਪੀਕਰ ਨੂੰ ਦਿੰਦਾ ਹੈ ਜਿਸ ਤੋਂ ਬਾਅਦ ਫਿਰ ਦੁਬਾਰਾ ਚੋਣ ਦੀ ਜਿਹੜੀ ਪ੍ਰਕਿਰਿਆ ਹੈ ਉਹ ਸ਼ੁਰੂ ਹੁੰਦੀ ਹੈ ਕਿ ਹੈਗੀ ਓਕੇ ਆਰਟੀਕਲ 56 1 56 ਧਾਰਾ 1 ए ਦੇ ਅਨੁਸਾਰ ਰਾਸ਼ਟਰਪਤੀ ਆਪਣਾ ਅਸਤੀਫਾ ਜਿਹੜਾ ਹੈਗਾਗਾ ਉਹ ਉਪ ਰਾਸ਼ਟਰਪਤੀ ਨੂੰ ਸੰਬੋਧਨ ਕਰੇਗਾ ਆਰਟੀਕਲ 56 ਧਾਰਾ 2 ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਫਿਰ ਉਸ ਦੁਆਰਾ ਤੁਰੰਤ ਜਿਹੜੀ ਇਹ ਸੂਚਨਾ ਹੈ ਜਾਨੀ ਕਿ ਉਪ ਰਾਸ਼ਟਰਪਤੀ ਦੇ ਦੁਆਰਾ ਇਹ ਤੁਰੰਤ ਸੂਚਨਾ ਲੋਕ ਸਭਾ ਦੇ ਸਪੀਕਰ ਨੂੰ ਦੇ ਦਿੱਤੀ ਜਾਂਦੀ ਹੈ ਤਾਂ ਕਿ ਉਹ ਇਸ ਤੋਂ ਬਾਅਦ ਉਸ ਤੇ ਉੱਪਰ ਐਕਸ਼ਨ ਜਿਹੜਾ ਹੈ ਉਹ ਲੈ ਸਕੇ ਨੈਕਸਟ ਹੈ ਜੀ 301 ਅਨੰਦ ਨੰਬਰ ਭਾਰਤ ਦੇ ਰਾਸ਼ਟਰਪਤੀ ਨੂੰ ਉਸਦੇ ਆਦੇ ਤੋਂ ਡੈਸ਼ ਤੇ ਦੁਬਾਰਾ ਹਟਾਇਆ ਜਾ ਸਕਦਾ ਹੈ ਭਾਰਤ ਦੇ ਪ੍ਰਧਾਨ ਮੰਤਰੀ ਦੇ ਦੁਆਰਾ ਲੋਕ ਸਭਾ ਦੇ ਦੁਆਰਾ ਭਾਰਤ ਦੇ ਚੀਫ ਜਸਟਿਸ ਦੇ ਦੁਆਰਾ ਜਾਂ ਸੰਸਦ ਦੇ ਦੁਆਰਾ ਭਾਰਤ ਦੇ ਰਾਸ਼ਟਰਪਤੀ ਨੂੰ ਹਟਾਉਣ ਦੀ ਇੱਕ ਵਿਧੀ ਹੈ ਜਿਸ ਨੂੰ ਕਿ ਆਪਾਂ ਅੰਪੀਚਮੈਂਟ ਜਿਹੜਾ ਕਹਿ ਦਿੰਨੇ ਹੈਗੇ ਆ ਮਹਾਦੋਸ਼ ਦਾ ਮੁਕਦਮਾ ਕਹਿ ਦਿੰਨੇ ਹੈਗੇ ਅੰਗੇ ਇਹ ਮਹਾਦੋਸ਼ ਦਾ ਮੁਕਦਮਾ ਸੰਸਦ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਤਾਂ ਇਸ ਕਰਕੇ ਜਦੋਂ ਵੀ ਮਤਲਬ ਇਹ ਮੁਕਦਮਾ ਪੂਰਾ ਹੋ ਜਾਂਦਾ ਹੈ ਸਹੀ ਸਾਬਤ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਰਾਸ਼ਟਰਪਤੀ ਨੂੰ ਸੰਸਦ ਦੇ ਦੁਆਰਾ ਹਟਾਇਆ ਜਾ ਸਕਦਾ ਹੈ ਓਕੇ ਆਰਟੀਕਲ 65 ਧਾਰਾ 1(2) ਦੇ ਅਨੁਸਾਰ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਨੂੰ ਸੰਵਿਧਾਨ ਦੀ ਉਲੰਘਣਾ ਕਰਨ ਦੇ ਲਈ ਮਹਾਦੋਸ਼ 임ਪੀਚਮੈਂਟ ਦੇ ਮਕਦਮੇ ਦੇ ਦੁਆਰਾ ਜਿਹੜਾ ਹੈਗਾ ਉਸ ਦੇ ਉਹਦੇ ਤੋਂ ਹਟਾਇਆ ਜਾ ਸਕਦਾ ਹੈਗਾ ਆਰਟੀਕਲ 61 ਦੇ ਵਿੱਚ ਉਪਬੰਧ ਕੀਤਾ ਗਿਆ ਹੈ ਕਿ ਸੰਸਦ ਦੇ ਕਿਸੇ ਵੀ ਸਦਨ ਦੇ ਦੁਆਰਾ ਸੰਸਦ ਦੇ ਕਿਸੇ ਵੀ ਸਦਨ ਦੇ ਦੁਆਰਾ ਮਹਾ ਦੋਸ਼ ਦੀ ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਜਾਵੇਗੀ ਮਤਲਬ ਕਿ ਚਾਹੇ ਲੋਕ ਸਭਾ 'ਚ ਸ਼ੁਰੂ ਕਰ ਲਵੇ ਚਾਹੇ ਰਾਜ ਸਭਾ ਦੇ ਵਿੱਚ ਸ਼ੁਰੂ ਕਰ ਲਵੇ ਕੋਈ ਇਸ਼ੂ ਨਹੀਂ ਹੈ ਬਟ ਮਕਦਮਾ ਜਿਹੜਾ ਉਹ ਚੱਲੇਗਾ ਜਿਹੜੀ ਕਰ ਪ੍ਰਕਿਰਿਆ ਹੈ ਉਹ ਸ਼ੁਰੂ ਹੋਵੇਗੀ ਆਰਟੀਕਲ 61 ਦੇ ਤਹਿਤ 350 ਨੰਬਰ ਕੁਐਸਚਨ ਹੈ ਜੀ ਭਾਰਤੀ ਸੰਵਿਧਾਨ ਦੇ ਕਿਸ ਅਨੁਸ਼ੇਦ ਦੇ ਤਹਿਤ ਰਾਸ਼ਟਰਪਤੀ ਤੇ ਮਹਾ ਦੋਸ਼ ਦਾ ਮਕਦਮਾ ਚਲਾਇਆ ਜਾ ਸਕਦਾ ਹੈ ਆਰਟੀਕਲ 56 ਆਰਟੀਕਲ 72 ਆਰਟੀਕਲ 61 ਆਰਟੀਕਲ 68 ਸੋ ਆਰਟੀਕਲ 61 ਜਾਨੀ ਕਿ ਕਾਰਡ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਭਾਰ ਦੇ ਰਾਸ਼ਟਰਪਤੀ ਨੂੰ ਮਹਾ ਦੋਸ਼ ਦੇ ਮੁਕਦਮੇ ਦੁਆਰਾ ਹਟਾਇਆ ਜਾ ਸਕਦਾ ਜਾਂ ਉਸ ਦੇ ਉੱਪਰ ਮੁਕਦਮਾ ਚਲਾਇਆ ਜਾ ਸਕਦਾ ਹੈ ਨੈਕਸਟ ਹੈ 355 ਰਾਸ਼ਟਰਪਤੀ ਦੇ ਖਾਲੀ ਆਉਂਦੇ ਨੂੰ ਭਰਿਆ ਜਾਣਾ ਹੈ 90 ਦਿਨਾਂ ਦੇ ਅੰਦਰ ਅੰਦਰ 6 ਮਹੀਨਿਆਂ ਦੇ ਅੰਦਰ ਅੰਦਰ 9 ਮਹੀਨਿਆਂ ਦੇ ਅੰਦਰ ਅੰਦਰ ਜਾਂ ਫਿਰ 1 ਸਾਲ ਦੇ ਅੰਦਰ ਅੰਦਰ ਚਾਹੇ ਭਾਰਤ ਦਾ ਰਾਸ਼ਟਰਪਤੀ ਹੈ ਚਾਹੇ ਕੋਈ ਹੋਰ ਰੈਂਕ ਹੈ ਜਦੋਂ ਵੀ ਤੁਹਾਨੂੰ ਕਿਤੇ ਜਹੀ ਕੋਈ ਸਵਾਲ ਆਵੇਗਾ ਤਾਂ ਹਮੇਸ਼ਾ ਇਸ ਲਈ 6 ਮਹੀਨਿਆਂ ਦਾ ਸਮਾਂ ਹੈ ਕੋਈ ਵੀ ਰੈਂਕ ਪੋਲੀਟੀਕਲ ਦੇ ਵਿੱਚ ਜੇਕਰ ਖਾਲੀ ਹੁੰਦਾ ਹੈ ਤਾਂ ਉਹਨੂੰ 6 ਮਹੀਨਿਆਂ ਦੇ ਅੰਦਰ ਅੰਦਰ ਭਰਨਾ ਜ਼ਰੂਰੀ ਹੁੰਦਾ ਹੈ ਪਰ ਉਸ ਸ਼ੀਟ ਨੂੰ ਮਤਲਬ ਖਾਲੀ ਨਹੀਂ ਛੱਡਿਆ ਜਾਂਦਾ 6 ਮਹੀਨਿਆਂ ਤੱਕ ਉਹਦੀ ਜਗ੍ਹਾ ਦੇ ਉੱਪਰ ਕਾਰਜਵਾਹਕ ਵਿਅਕਤੀ ਜਿਹੜਾ ਉਹ ਚੁਣ ਲਿਆ ਜਾਂਦਾ ਹੈ ਚਾਹੇ ਰਾਸ਼ਟਰਪਤੀ ਦੀ ਜਗ੍ਹਾ ਹੋਵੇ ਚਾਹੇ ਸੁਪਰੀਮ ਕੋਰਟ ਦਾ ਜੱਜ ਹੋਵੇ ਚਾਹੇ ਉਹ ਰਾਸ਼ਟਰਪਤੀ ਹੋਵੇ ਚਾਹੇ ਪ੍ਰਧਾਨ ਮੰਤਰੀ ਹੋਵੇ ਤਾਂ ਤੇ ਕਾਰਜਵਾਹਕ ਵਿਅਕਤੀ ਜਿਹੜਾ ਕੰਮ ਕਰਨਾ ਜਿੱਥੇ ਵੋਟਾਂ ਦੇ ਥਰੂ ਉਹ ਵਿਅਕਤੀ ਚੁਣਿਆ ਹੋਣਾ ਲਾਜ਼ਮੀ ਹੈ ਓਕੇ ਭਾਰਤੀ ਸੰਵਿਧਾਨ ਦਾ ਆਰਟੀਕਲ 62 ਧਾਰਾ 2 ਜਿਹੜਾ ਹੈ ਉਹ ਕਹਿੰਦਾ ਹੈ ਕਿ ਰਾਸ਼ਟਰਪਤੀ ਦਾ ਖਾਲੀ ਆਉਂਦਾ ਉਸ ਦੀ ਮੌਤ ਉਸ ਦੇ ਅਸਤੀਫਾ ਦੇਣ ਦੇ ਉੱਪਰ ਜਾਂ ਉਸ ਦੀ ਹਟਾਉਣ ਦੇ ਕਾਰਨ ਹੋ ਸਕਦਾ ਹੈਗਾ ਤਾਂ ਇਸ ਸਥਿਤੀ ਦੇ ਵਿੱਚ ਉਸ ਨੂੰ 6 ਮਹੀਨਿਆਂ ਦੇ ਅੰਦਰ ਅੰਦਰ ਜਿਹੜਾ ਹੈ ਦੁਬਾਰਾ ਤੋਂ ਭਰਿਆ ਜਾਣਾ ਲਾਜ਼ਮੀ ਹੈ ਨੈਕਸਟ ਹੈ 352 ਨੰਬਰ ਜੇਕਰ ਭਾਰਤ ਦੇ ਰਾਸ਼ਟਰਪਤੀ ਦਾ ਆਉਂਦਾ ਖਾਲੀ ਹੋ ਜਾਂਦਾ ਹੈ ਤੇ ਕੋਈ ਉਪ ਰਾਸ਼ਟਰਪਤੀ ਵੀ ਨਹੀਂ ਹੈ ਤੇ ਇਹਨਾਂ ਲਿਖਤ ਦੇ ਵਿੱਚੋਂ ਕਿਹੜਾ ਕਰਤ ਰਾਸ਼ਟਰਪਤੀ ਬਣੇਗਾ ਰਾਜ ਸਭਾ ਦਾ ਚੇਅਰਮੈਨ ਭਾਰਤ ਦਾ ਅਲਟਰਨੇਟ ਜਨਰਲ ਲੋਕ ਸਭਾ ਦਾ ਸਪੀਕਰ ਜਾਂ ਫਿਰ ਸੁਪਰੀਮ ਕੋਰਟ ਦਾ ਚੀਫ ਜਸਟਿਸ ਸੋ ਧਿਆਨ ਰੱਖਣਾ ਹੈ ਕਿ ਜਦੋਂ ਵੀ ਕਿਤੇ ਜਿਹੀ ਸਥਿਤੀ ਹੋ ਜਾਂਦੀ ਹੈ ਕਿ ਭਾਰਤ ਦਾ ਰਾਸ਼ਟਰਪਤੀ ਦਾ ਆਉਂਦਾ ਖਾਲੀ ਹੋ ਜਾਂਦਾ ਹੈ ਜਿਵੇਂ ਕਿ ਉਸ ਦੀ ਮੌਤ ਹੋ ਗਈ ਹੈ ਜਾਂ ਫਿਰ ਉਸ ਨੇ ਅਸਤੀਫਾ ਦੇ ਦਿੱਤਾ ਹੈ ਜਾਂ ਉਸ ਨੂੰ ਹਟਾ ਦਿੱਤਾ ਗਿਆ ਤਾਂ ਉਸ ਸਥਿਤੀ ਦੇ ਵਿੱਚ ਉਸ ਦੀ ਜਿਹੜੀ ਸ਼ੀਟ ਹੈ ਜੋ ਖਾਲੀ ਜਗ੍ਹਾ ਹੈ ਉਸ ਨੂੰ ਪਰੰਦੇਲੀ ਤਰੰਤ ਜਿਹੜਾ ਹੈ ਉਹ ਉਪ ਰਾਸ਼ਟਰਪਤੀ ਨੂੰ ਚੁਣਿਆ ਜਾਂਦਾ ਹੈ ਜੋ ਕਿ ਕਾਰਜਵਾਹਕ ਤੌਰ ਦੇ ਉੱਪਰ ਹੁੰਦਾ ਹੈ ਠੀਕ ਹੈ ਕਈ ਵਾਰ ਕੀ ਹੁੰਦਾ ਹੈ ਕਿ ਉਪ ਰਾਸ਼ਟਰਪਤੀ ਮੌਜੂਦ ਨਹੀਂ ਹੁੰਦਾ ਠੀਕ ਹੈ ਜਾਂ ਮਤਲਬ ਉਸ ਸਮੇਂ ਐਡਜਸਟ ਨਹੀਂ ਹੋ ਸਕਦਾ ਹੁੰਦਾ ਤਾਂ ਉਹਦੀ ਜਗ੍ਹਾ ਤੇ ਫਿਰ ਇਸ ਤੋਂ ਬਾਅਦ ਜਿਹੜਾ ਹੈ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਜਿਹੜਾ ਹੈ ਜਿਹੜਾ ਇਹ ਜਗ੍ਹਾ ਦਿੱਤੀ ਜਾਂਦੀ ਹੈ ਜੀ ਓਕੇ ਸੁਪਰੀਮ ਕੋਰਟ ਦਾ ਚੀਫ ਜਸਟਿਸ ਬੰਦਾ ਹੈ ਕਗਾ ਭਾਰਤ ਦਾ ਰਾਸ਼ਟਰਪਤੀ ਠੀਕ ਹੈ ਐਮ ਹਦਾਇਤੋਲਾ ਸੀ ਸਭ ਤੋਂ ਬੈਸਟ ਐਗਜ਼ਾਮਪਲ ਹੈਗੀ ਆ ਤੇ ਜੇਕਰ ਕਹਿੰਦੇ ਇਹ ਵੀ ਨਾ ਹੋਇਆ ਤਾਂ ਫਿਰ ਸੁਪਰੀਮ ਕੋਰਟ ਦਾ ਇਸ ਤੋਂ ਮਤਲਬ ਅੱਗੇ ਸੀਨੀਅਰ ਜੱਜ ਜਿਹੜਾ ਹੋਊਗਾ ਸੁਪਰੀਮ ਕੋਰਟ ਦਾ ਉਸ ਨੂੰ ਜਿਹੜਾ ਹੈਗਾ ਭਾਰਤ ਦੇ ਰਾਸ਼ਟਰਪਤੀ ਦੇ ਵੱਜੋਂ ਕੋਸ਼ਿਤ ਕਰ ਨੈਕਸਟ ਹੈ ਭਾਰਤ ਰਾਸ਼ਟਰਪਤੀ ਜਿਹੜਾ ਹੈ ਐਕਟ 1969 ਦੇ ਤਹਿਤ ਜਿਹਦੇ ਵਿੱਚ ਕਾਰਜਾਂ ਦੇ ਡਿਸਚਾਰਜ ਦੀ ਗੱਲ ਕੀਤੀ ਗਈ ਹੈ ਕਿ ਕਹਿੰਦੇ ਜੇਕਰ ਉਪ ਰਾਸ਼ਟਰਪਤੀ ਮੌਜੂਦ ਨਹੀਂ ਹੈਗਾ ਤਾਂ ਉਹਦੀ ਜਗ੍ਹਾ ਦੇ ਉੱਪਰ ਸੁਪਰੀਮ ਕੋਰਟ ਦਾ ਮੁੱਖ ਜੱਜ ਆ ਜਾਵੇਗਾ ਸੁਪਰੀਮ ਕੋਰਟ ਦਾ ਮੁੱਖ ਜੱਜ ਵੀ ਨਹੀਂ ਹੈਗਾ ਤਾਂ ਉਸ ਦੇ ਵਿੱਚ ਅਗਲਾ ਸੀਨੀਅਰ ਜੱਜ ਜਿਹੜਾ ਹੈਗਾ ਉਸ ਕਮਾਂਡ ਨੂੰ ਸੰਭਾਲ ਲੈਂਦਾ ਹੁੰਦਾ ਹੈ ਨੈਕਸਟ ਹੈ 355 ਨੰਬਰ ਸੰਵਿਧਾਨ ਦੀ ਹੀਡ ਲਿਖੀਆਂ ਧਰਾਵਾਂ ਦੇ ਵਿੱਚੋਂ ਕਿਹੜਾ ਇੱਕ ਰਾਸ਼ਟਰਪਤੀ ਨੂੰ ਜੁਨੀਅਨ ਦੀ ਕਾਰਜਕਾਰੀ ਸ਼ਕਤੀ ਪ੍ਰਦਾਨ ਕਰਦਾ ਹੈ ਆਰਟੀਕਲ 52 ਆਰਟੀਕਲ 53 ਆਰਟੀਕਲ 54 ਜਾਂ ਆਰਟੀਕਲ 55 ਭਾਰਤੀ ਸੰਵਿਧਾਨ ਦਾ ਆਰਟੀਕਲ 53 ਜਿਹੜਾ ਹੈਗਾ ਇਹ ਰਾਸ਼ਟਰਪਤੀ ਨੂੰ ਯੂਨੀਅਨ ਦੀ ਕਾਰਜਕਾਰੀ ਸ਼ਕਤੀ ਠੀਕ ਹੈ ਯੂਨੀਅਨ ਮਤਲਬ ਕੇਂਦਰ ਦੀ ਕੇਂਦਰ ਦੀ ਕਾਰਜਕਾਰੀ ਸ਼ਕਤੀ ਪ੍ਰਦਾਨ ਕਰਦਾ ਹੈ ਆਰਟੀਕਲ 53 ਰਾਸ਼ਟਰਪਤੀ ਨੂੰ ਵਚਨ ਨੰਬਰ ਹੈ 354 ਹੇਠ ਦਿੱਤਿਆਂ ਦੇ ਵਿੱਚੋਂ ਕਿਹੜਾ ਵਿੱਚੋਂ ਭਾਰਤੀ ਗਨਰਾਜ ਦਾ ਮੁਖੀ ਕੌਣ ਹੁੰਦਾ ਹੈ ਭਾਰਤ ਦਾ ਰਾਸ਼ਟਰਪਤੀ ਭਾਰਤ ਦਾ ਪ੍ਰਧਾਨ ਮੰਤਰੀ ਕੈਬਨਿਟ ਜਾਂ ਮੰਤਰੀ ਮੰਡਲ ਦੇ ਨਾਲ ਰਾਜਨੀਤਿਕ ਮੁਖੀ ਭਾਰਤੀ ਗਨਰਾਜ ਦਾ ਜਿਹੜਾ ਮੁਖੀ ਹੈ ਜੀ ਉਹ ਸਾਡੇ ਭਾਰਤ ਦਾ ਰਾਸ਼ਟਰਪਤੀ ਹੈ ਜੋ ਕਿ ਗਨਰਾਜ ਦੀ ਭੂਮਿਕਾ ਦੇ ਵਿੱਚ ਹੈਡ ਦੀ ਕਮਾਂਡ ਜਿਹੜੀ ਹੈ ਉਹ ਸੰਭਾਲਦਾ ਹੈ 55 ਨੰਬਰ ਕੁਐਸਚਨ ਹੈ ਜੀ 300 ਹੇਠ ਲਿਖਿਆਂ ਦੇ ਵਿੱਚੋਂ ਕੌਣ ਭਾਰਤੀ ਸੰਸਦ ਦਾ ਸਾਂਝਾ ਇਜਲਾਸ ਬੁਲਾ ਸਕਦਾ ਹੈ ਰਾਸ਼ਟਰਪਤੀ ਉਪ ਰਾਸ਼ਟਰਪਤੀ ਪ੍ਰਧਾਨ ਮੰਤਰੀ ਜਾਂ ਲੋਕ ਸਭਾ ਦਾ ਸਪੀਕਰ ਸੰਸਦ ਦਾ ਸਾਂਝਾ ਸਮਾਗਮ ਬੁਲਾਇਆ ਜਾ ਸਕਦਾ ਹੈ ਆਰਟੀਕਲ 108 ਦੇ ਤਹਿਤ ਇਹ ਸਾਂਝਾ اجلاس ਬੁਲਾਉਣ ਦਾ ਜਿਹੜਾ ਅਧਿਕਾਰ ਦਿੱਤਾ ਗਿਆ ਹੈ ਉਹ ਰਾਸ਼ਟਰਪਤੀ ਨੂੰ ਦਿੱਤਾ ਗਿਆ ਹੈ ਜਦੋਂ ਵੀ ਕਿਤੇ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਕੋਈ ਵਿਵਾਦ ਉਤਪੰਨ ਹੁੰਦਾ ਹੈ ਤਾਂ ਉਸ ਸਥਿਤੀ ਦੇ ਵਿੱਚ ਰਾਸ਼ਟਰਪਤੀ ਦੋਨਾਂ ਦਾ ਜਿਹੜਾ ਸਾਂਝਾ ਸਮਾਗਮ ਬੁਲਾ ਸਕਦਾ ਹੁੰਦਾ ਹੈ ਇਹ ਅਧਿਕਾਰ ਰਾਸ਼ਟਰਪਤੀ ਦੇ ਕੋਲ ਹੈ ਨੈਕਸਟ ਹੈ 356 ਨੰਬਰ ਇੱਕੋ ਇੱਕ ਉਦਾਹਰਨ ਹੈ ਜਦੋਂ ਭਾਰਤ ਦੇ ਰਾਸ਼ਟਰਪਤੀ ਨੇ ਵੀਟੋ ਦੀ ਆਪਣੀ ਸ਼ਕਤੀ ਦੀ ਵਰਤੋਂ ਕੀਤੀ ਸੀ ਉਹ ਕਿਸ ਦੇ ਨਾਲ ਸੰਬੰਧਿਤ ਹੈ ਦਾ ਹਿੰਦੂ ਕੋਡ ਬਿਲ ਦਾ ਪੈਪਸੂ ਆਪਰੇਸ਼ਨਸ ਬਿਲ ਦਾ ਇੰਡੀਅਨ ਪੋਸਟ ਆਫਿਸ ਬਿਲ ਜਾਂ ਫਿਰ ਦਾ ਡੋਰੀ ਪ੍ਰੋਹੀਬਿਸ਼ਨ ਬਿਲ ਕੋਪਾ ਚੈਪਟਰ ਚ ਪੜਿਆ ਸੀਗਾ ਜੀ ਭਾਰਤ ਦਾ ਇੱਕੋ ਇੱਕ ਰਾਸ਼ਟਰਪਤੀ ਹੈ ਠੀਕ ਹੈ ਜਿਸਨੇ ਕਿ ਦਾ ਇੰਡੀਅਨ ਪੋਸਟ ਆਫਿਸ ਬਿਲ ਨੂੰ ਜਿਹੜਾ ਹੈ ਵੀਟੋ ਪਾਵਰ ਦੇ ਥਰੂ ਜਿਹੜਾ ਹੈ ਰੋਕ ਲਿਆਤਾ ਸੀਗਾ ਔਰ ਇਹ ਅਧਿਕਾਰ ਜਿਹੜਾ ਹੈ ਸਿਰਫ ਇੱਕੋ ਇੱਕ ਰਾਸ਼ਟਰਪਤੀ ਨੇ ਪ੍ਰਯੋਗ ਕੀਤਾ ਹੈ ਸਾਲ 1986 ਦੇ ਵਿੱਚ ਗਿਆਨੀ ਜਲ ਸਿੰਘ ਨੇ ਗਿਆਨੀ ਜਲ ਸਿੰਘ ਨੇ ਜਿਹੜਾ ਇਸ ਦਾ ਪ੍ਰਯੋਗ ਜਿਹੜਾ ਹੈ ਸਾਲ 1986 ਦੇ ਵਿੱਚ ਕੀਤਾ ਗਿਆ ਸੀਗਾ Veto ਦਾ ਮਤਲਬ ਹੁੰਦਾ ਹੈ ਨਾ ਤਾਂ ਬਿੱਲ ਰੱਦ ਹੁੰਦਾ ਹੈ ਠੀਕ ਹੈ ਨਾ ਤਾਂ ਬਿੱਲ ਰੱਦ ਹੁੰਦਾ ਹੈ ਨਾ ਬਿੱਲ ਵਾਪਸ ਹੁੰਦਾ ਹੈ ਠੀਕ ਹੈ ਨਾ ਬਿੱਲ ਵਾਪਸ ਭੇਜਿਆ ਜਾਂਦਾ ਹੈ ਤੇ ਨਾ ਹੀ ਬਿੱਲ ਦੇ ਵਿੱਚ ਸੋਧ ਕੀਤੀ ਜਾਂਦੀ ਹੈ ਠੀਕ ਹੈ ਇਹਨਾਂ ਤਿੰਨ ਸਥਿਤੀਆਂ ਦੇ ਵਿੱਚ ਕੁਝ ਵੀ ਨਹੀਂ ਹੁੰਦਾ ਉਹ ਆਪਣੇ ਕੋਲੇ ਬਿੱਲ ਨੂੰ ਰੱਖ ਲੈਂਦਾ ਹੈ ਤਾਂ ਇਸ ਸਥਿਤੀ ਨੂੰ ਕਿਹਾ ਜਾਂਦਾ ਹੈ ਵੀਟੋ ਪਾਵਰ ਇਕ ਗਿਆਨੀ ਜਲ ਸਿੰਘ ਨੇ ਜਿਹੜਾ ਹੈ ਵਰਤਿਆ ਸੀਗਾ ਠੀਕ ਹੈ ਆਪਾਂ ਗੱਲ ਕਰ ਚੁੱਕੇ ਹੱਗਿਆਂਗੇ ਇਸ ਤੋਂ ਪਹਿਲਾਂ ਧਿਆਨ ਰੱਖਿਓ ਕਿ ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸ਼ਾਦ ਨੇ ਪੈਪਸੋ ਐਪੋਰੇਸ਼ਨਸ ਬਿੱਲ ਸਾਲ 1954 ਦੇ ਵਿੱਚ ਮੰਤਰੀ ਮੰਡਲ ਦੀ ਸਲਾਹ ਦੇ ਉੱਪਰ ਪੂਰਨ ਵੀਟੋ ਨੂੰ ਲਾਗੂ ਕੀਤਾ ਸੀਗਾ ਇਸ ਤੋਂ ਪਹਿਲਾਂ ਗਿਆਨੀ ਜਲ ਸਿੰਘ ਤੋਂ ਪਹਿਲਾਂ ਠੀਕ ਹੈ ਪੈਪਸੋ ਐਪੋਰੇਸ਼ਨਸ ਜਿਹੜਾ ਬਿੱਲ ਸੀਗਾ ਸਾਲ 1954 ਦੇ ਵਿੱਚ ਉਸ ਦੇ ਪ੍ਰਤੀ ਜਿਹੜਾ ਵੀਟੋ ਪਾਵਰ ਨੂੰ ਪ੍ਰਯੋਗ ਕੀਤਾ ਸੀ ਗਿਆਨੀ ਜਲ ਸਿੰਘ ਨੇ ਸਾਲ 1986 ਦੇ ਵਿੱਚ ਭਾਰਤੀ ਡਾਕ ਦਫ਼ਤਰ ਸੋ ਬੈਲ ਨੂੰ ਲੈ ਕੇ ਜਿਹੜਾ ਵਿਟੋ ਦੀ ਪਾਵਰ ਵਰਤੋਂ ਕੀਤੀ ਸੀਗੀ ਨੈਕਸਟ ਹੈ 357 ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਦੇ ਤਹਿਤ ਭਾਰਤ ਦੇ ਰਾਸ਼ਟਰਪਤੀ ਨੂੰ ਆਰਡੀਨੈਂਸ ਜਾਰੀ ਕਰਨ ਦਾ ਅਧਿਕਾਰ ਹੈ ਆਰਟੀਕਲ 356 ਆਰਟੀਕਲ 128 ਆਰਟੀਕਲ 123 ਤੇ ਆਰਟੀਕਲ 231 ਬਹੁਤ ਜ਼ਿਆਦਾ ਹੁੰਦਾ ਹੈ ਕੁਐਸਚਨ ਸੋ ਆਰਟੀਕਲ 123 ਦੇ ਤਹਿਤ ਕਿਹਾ ਗਿਆ ਹੈ ਕਿ ਭਾਰਤ ਦਾ ਰਾਸ਼ਟਰਪਤੀ ਜਿਹੜਾ ਹੈ ਉਹ ਆਰਡੀਨੈਂਸ ਜਾਰੀ ਕਰ ਸਕਦਾ ਹੈਗਾ ਆਰਟੀਕਲ 123 ਦਿੰਦਾ ਹੈ ਤਹਿਤ ओके okay. एक ਕੀ ਹੁੰਦਾ ਹੈ ਕਿ ਜਦੋਂ ਕਿਤੇ ਸੰਸਦ ਛੁੱਟੀ ਦੇ ਉੱਪਰ ਚਰਿਆ ਹੈ اجلاس ਨਹੀਂ ਹੋ ਰਿਹਾ ਤਾਂ ਉਸੇ ਸਮੇਂ ਦੇ ਉੱਪਰ ਤਰੰਤ ਕਿਸੇ ਕਾਨੂੰਨ ਦੀ ਜ਼ਰੂਰਤ ਪੈ ਜਾਂਦੀ ਹੈ ਕਿ ਆ ਤਾਂ ਰਾਸ਼ਟਰਪਤੀ ਜਿਹੜਾ ਹੈ ਮੌਕੇ ਦੇ ਉਪਰੋਸ ਕਾਨੂੰਨ ਨੂੰ ਬਣਾ ਕੇ ਕੋਆਰਡੀਨੈਂਸ ਜਾਰੀ ਕਰ ਸਕਦਾ ਜੋ ਕਿ ਤਕਰੀਬਨ 6 ਹਫ਼ਤਿਆਂ ਤੱਕ ਲਾਗੂ ਰਹਿੰਦਾ ਹੈਗਾ 6 ਹਫ਼ਤਿਆਂ ਤੋਂ ਬਾਅਦ ਜਿਹੜਾ ਹੈ ਜੇਕਰ ਸੰਸਦ ਉਸ ਨੂੰ ਪਾਸ ਨਹੀਂ ਕਰਦੀ ਹੈਗੀ ਤਾਂ ਉਹ ਆਟੋਮੈਟਿਕਲੀ ਰਿਮੂਵ ਹੋ ਜਾਊਗਾ ਜੇਕਰ ਉਸ ਨੂੰ ਪਾਸ ਕਰ ਦਿੰਦੀ ਹੈ ਤਾਂ ਉਹ 길 ਲੰਬੇ ਸਮੇਂ ਤੱਕ ਚੱਲਦਾ ਰਹਿੰਦਾ ਹੈਗਾ ਨੈਕਸਟ ਹੈ ਆਰਟੀਕਲ 3 ਸੋਰੀ ਕੁਐਸਚਨ ਨੰਬਰ 358 ਇਹ ਲਿਖਣ ਦੇ ਵਿੱਚੋਂ ਕਿਸ ਨੂੰ ਰਾਸ਼ਟਰਪਤੀ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ ਭਾਰਤੀ ਟਾਰੀ ਜਨਰਲ ਨੂੰ ਕੰਟਰੋਲਰ ਤੇ ਐਡੀਟਰ ਜਨਰਲ ਨੂੰ ਰਾਜਾਂ ਦੇ ਰਾਜਪਾਲ ਨੂੰ ਜਾਂ ਫਿਰ ਉਪਰੋਕਤ ਸਾਰਿਆਂ ਨੂੰ ਹੀ ਭਾਰਤ ਦੇ ਰਾਸ਼ਟਰਪਤੀ ਦੇ ਦੁਆਰਾ ਸਾਰਿਆਂ ਨੂੰ ਹੀ ਜਿਹੜਾ ਹੈ ਨਿਯੁਕਤ ਕੀਤਾ ਜਾਂਦਾ ਹੈ ਭਾਰਤ ਦੇ ਟਰਨੀ ਜਨਰਲ ਨੂੰ ਕੰਟਰੋਲਰ ਤੇ ਐਡੀਟਰ ਜਨਰਲ ਨੂੰ ਤੇ ਰਾਜਾਂ ਦੇ ਰਾਜਪਾਲ ਨੂੰ ਸੁਪਰੀਮ ਕੋਰਟ ਦੇ ਜੱਜਾਂ ਨੂੰ ਹਾਈ ਕੋਰਟ ਦੇ ਜੱਜਾਂ ਨੂੰ ਪ੍ਰਧਾਨ ਮੰਤਰੀ ਨੂੰ ਤੇ ਮੰਤਰੀ ਮੰਡਲ ਨੂੰ ਜਿਹੜਾ ਹੈ ਇਸ ਦੇ ਤਹਿਤ ਨਿਯੁਕਤ ਕੀਤਾ ਜਾਂਦਾ ਹੈ ਭਾਰਤ ਦੇ ਟਰਨੀ ਜਨਰਲ ਨੂੰ ਆਰਟੀਕਲ 76 ਦੇ ਤਹਿਤ ਆਉਂਦਾ ਹੈ ਭਾਰਤ ਦੇ ਕੰਟਰੋਲਰ ਤੇ ਡਿਟੇਡ ਜਨਰਲ ਨੂੰ ਆਰਟੀਕਲ 148 ਦੇ ਵਿੱਚ ਆਉਂਦਾ ਹੈ ਰਾਜਾਂ ਦੇ ਰਾਜਪਾਲ ਦੀ ਨਿਯੁਕਤੀ ਆਰਟੀਕਲ 155 ਤਹਿਤ ਰਾਸ਼ਟਰਪਤੀ ਦੇ ਦੁਆਰਾ ਕੀਤੀ ਜਾਂਦੀ ਹੈਗੀਆ ਨੈਕਸਟ ਹੈ 359 ਨੰਬਰ ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਰਾਸ਼ਟਰਪਤੀ ਨੂੰ ਸੁਪਰੀਮ ਕੋਰਟ ਦੇ ਨਾਲ ਸਲਾਹ ਕਰਨ ਦਾ ਅਧਿਕਾਰ ਦਿੰਦੀ ਹੈ ਆਰਟੀਕਲ 129 ਆਰਟੀਕਲ 32 ਆਰਟੀਕਲ 131 ਤੇ ਆਰਟੀਕਲ 143 ਭਾਰਤੀ ਸੰਵਿਧਾਨ ਦੇ ਆਰਟੀਕਲ 143 ਜਿਹੜਾ ਹੈ ਇਹ ਰਾਸ਼ਟਰਪਤੀ ਨੂੰ ਸੁਪਰੀਮ ਕੋਰਟ ਦੇ ਕੋਲੋਂ ਸਲਾਹ ਲੈਣ ਦੀ ਜਿਹੜੀ ਹੈ ਅਧਿਕਾਰ ਦਿੰਦੇ ਹੈਗੇ ਕਿ ਯਾਦ ਰੱਖਣਾ ਹੈ ਕਿ ਭਾਰਤ ਦਾ ਰਾਸ਼ਟਰਪਤੀ ਜਿਹੜਾ ਹੈ ਉਹ ਸੁਪਰੀਮ ਕੋਰਟ ਕੋਲੋਂ ਚਾਹੇ ਜਿੰਨੇ ਵਾਰੀ ਮਰਜੀ ਸਲਾਹ ਲੈ ਸਕਦਾ ਹੈ ਵਰਤਮਾਨ ਸਮੇਂ ਤਕਰੀਬਨ ਇਹ 9 ਵਾਰ ਹੋ ਚੁੱਕੀ ਹੈਗੀ ਹੈ 9 ਵਾਰ ਇਸ ਤੋਂ ਸਲਾਹ ਲਈ ਜਾ ਚੁੱਕੀ ਹੈਗੀ ਹੈਗੀ ਔਰ ਇੱਥੇ ਵੀ ਯਾਦ ਰੱਖਣਾ ਕਿ ਭਾਰਤ ਦੇ ਰਾਸ਼ਟਰਪਤੀ ਨੂੰ ਸਲਾਹ ਲੈਣ ਦਾ ਅਧਿਕਾਰ ਹੈ ਤੇ ਸੁਪਰੀਮ ਕੋਰਟ ਦਾ ਫਰਜ਼ ਹੈ ਕਿ ਉਹ ਇਸ ਨੂੰ ਸਲਾਹ ਦੇਵੇਗਾ ਉਸ ਸਲਾਹ ਨੂੰ ਮੰਨਣਾ ਜਾਂ ਨਾ ਮੰਨਣਾ ਇਹ ਰਾਸ਼ਟਰਪਤੀ ਦੀ ਇੱਛਾ ਦੇ ਉੱਪਰ ਨਿਰਭਰ ਕਰਦਾ ਹੈ ਨੈਕਸਟ ਹੈ 360 ਨੰਬਰ ਆਟ ਕੁਐਸਚਨ ਸਵਿਧਾਨ ਦੇ ਅਨੁਸਾਰ ਭਾਰਤ ਦੇ ਰਾਸ਼ਟਰਪਤੀ ਦੀ ਸ਼ਾਬਦਿਕ ਤੌਰ ਦੇ ਉੱਪਰ ਸ਼ਕਤੀ ਨਹੀਂ ਹੈ ਆਰਡੀਨੈਂਸ ਦੀ ਘੋਸ਼ਣਾ ਸੁਪਰੀਮ ਕੋਰਟ ਦੀ ਸਲਾਹ ਦੇ ਲਈ ਸੰਸਦ ਦੇ ਸਦਨਾਂ ਨੂੰ ਸੰਦੇਸ਼ ਭੇਜਣਾ ਜਾਂ ਮਾਫੀ ਦੇਣ ਦੇ ਲਈ ਸਵਿਧਾਨ ਦੇ ਅਨੁਸਾਰ ਭਾਰਤ ਦੇ ਰਾਸ਼ਟਰਪਤੀ ਦੀ ਸ਼ਾਬਦਿਕ ਤੌਰ ਤੇ ਸ਼ਕਤੀ ਨਹੀਂ ਹੈ ਸੋ ਇਹ ਸ਼ਕਤੀ ਨਹੀਂ ਹੈ ਜੀ ਸੰਸਦ ਦੇ ਸਦਨਾਂ ਨੂੰ ਸੰਦੇਸ਼ ਭੇਜਣਾ ਠੀਕ ਹੈ ਇਹ ਸ਼ਬਦਿਕ ਤੌਰ ਦੇ ਉੱਪਰ ਸ਼ਕਤੀ ਨਹੀਂ ਹੈਗੀ ਕਿ ਬਾਕੀ ਜਿਹੜੀ ਕਹਿ ਸਕਦੇ ਆ ਸੰਵਿਧਾਨ ਦੇ ਵਿੱਚ ਪੂਰਨ ਤੌਰ ਦੇ ਉੱਪਰ ਬਵਿਸ਼ਤਾ ਕੀਤੀ ਗਈ ਹੈਗੀ ਆਗੀ ਠੀਕ ਹੈ ਜਿਸ ਤਰੀਕੇ ਨਾਲ ਆਰਡੀਨੈਂਸ ਜਾਰੀ ਕਰਨ ਦੀ ਜਿਹੜੀ ਸ਼ਕਤੀ ਹੈਗੀ ਆ ਉਹ ਆਰਟੀਕਲ 123 ਦੇ ਵਿੱਚ ਆ ਜਾਂਦੀ ਹੈ ਸੁਪਰੀਮ ਕੋਰਟ ਤੋਂ ਸਲਾਹ ਲੈਣ ਦੀ ਆਰਟੀਕਲ 100 43 ਦੇ ਵਿੱਚ ਹੈ ਮਾਫੀ ਦੇਣ ਦੇ ਲਈ ਆਰਟੀਕਲ 72 ਜਿਹੜਾ ਹੈ ਉਹ ਜ਼ਿਕਰ ਕੀਤਾ ਗਿਆ ਹੈ ਸੋ ਇਹਨਾਂ ਤਹਿਤ ਜਿਹੜੀ ਇਹ ਵਿਵਸਥਾ ਹੈ ਬਟ ਸੰਸਦ ਨੂੰ ਸਦਨਾਂ ਨੂੰ ਸੰਦੇਸ਼ ਭੇਜਣਾ ਇਹ ਰਾਸ਼ਟਰਪਤੀ ਦੀ ਇੱਛਾ ਦੇ ਉੱਪਰ ਨਿਰਪਾਤ ਕਰਦਾ ਹੈ ਲੋਡ ਮਹਿਸੂਸ ਕਰਦਾ ਉਹਦੇ ਅਧਾਰ ਦੇ ਉੱਪਰ ਭੇਜ ਸਕਦਾ ਪਰ ਕਨਸਟੀਟਿਊਸ਼ਨ ਦੇ ਵਿੱਚ ਕੋਈ ਅਜਿਹੀ ਵਿਵਸਥਾ ਨਹੀਂ ਹੈਗੀ ਠੀਕ ਹੈ ਚਾਨ ਰੱਖਿਆ ਆਰਟੀਕਲ 86 ਧਾਰਾ 1 ਦੇ ਅਨੁਸਾਰ ਸੰਸਦ ਨੂੰ ਸੰਦੇਸ਼ ਭੇਜਣਾ ਰਾਸ਼ਟਰਪਤੀ ਦਾ ਅਧਿਕਾਰ ਹੈ ਨਾ ਕਿ ਕੋਈ ਸ਼ਕਤੀ ਠੀਕ ਹੈ ਇਹ ਸ਼ਕਤੀ ਨਿਯੋਦੀ ਪਾਵਰ ਨਹੀਂ ਹੈਗੀ ਕਿ ਉਹ ਮਤਲਬ ਭੇਜ ਸਕਦਾ ਉਹਦੀ ਇੱਛਾ ਹੈਗੀ ਕਿ ਨਹੀਂ ਭੇਜਣਾ ਨਾ ਭੇਜੀ ਭੇਜ ਸਕਦਾ ਭੇਜ ਨਾ ਸਕਦਾ ਠੀਕ ਹੈ ਤਾਂ ਕੋਈ ਇਸ਼ੂ ਵਾਲੀ ਗੱਲ ਨਹੀਂ ਹੈਗੀ ਕਿ ਇਹ ਸੀ ਆਪਣੇ 20 एमसीक्यू ਪੋਲੀਟਿਕਲਸ ਦੇ ਉਮੀਦਵਾਰਾਂ ਤੁਹਾਡੇ ਸਾਰਿਆਂ ਲਈ ਹੈਲਪਫ ਹੋ ਰਹੇ ਹੋਣਗੇ ਸពਨ ਨੂੰ ਕਾਫੀ ਕੁਝ ਜਿਹੜਾ ਸਿੱਖਣ ਨੂੰ ਮਿਲਿਆ ਹੋਊਗਾ ਇਸ ਤੋਂ ਇਲਾਵਾ ਫੁੱਲ ਕੋਰਸ ਜਿਹੜੇ ਤੁਸੀਂ ਜੁਆਇਨ ਕਰਨ ਦੇ ਲਈ ਐਪ ਡਾਊਨਲੋਡ ਕਰ ਸਕਦੇ ਹੋ ਉੱਥੇ ਤੁਹਾਨੂੰ ਸਾਰੇ ਕੋਰਸ ਜਿਹੜੇ ਉਹ ਮਿਲ ਜਾਣਗੇ ਜਿੱਥੇ ਤਾਂ ਨੂੰ ਫੋਲਡਰ ਬਣਾ ਕੇ ਦਿੱਤੇ ਹੋਇਆ ਤਾਂ ਤੁਸੀਂ ਉੱਥੋਂ ਪਰਚੇਜ਼ ਕਰ ਸਕਦੇ ਹੋ ਕਿਉਂਕਿ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਗਿਆ ਤੇ ਇਸ ਤੋਂ ਇਲਾਵਾ ਰਮਨ ਇੰਸਟੀਚਿਊਟ ਦੀ ਜੋ ਐਪ ਹੈ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਜਿੱਥੇ ਤੁਹਾਨੂੰ ਥਿਉਰੀ ਕਲਾਸਿਸ ਪੀਡੀਐਫ ਅਤੇ ਟੈਸਟ ਜਿਹੜੀ ਆਪ ਉਪਰਵਾਇਡ ਕੀਤੇ ਜਾਂਦੇ ਹੈਗੇ ਓਕੇ ਜੀ ਥੈਂਕ ਯੂ ਸੋ ਮਚ ਜੀ ਸੋ ਨੈਕਸਟ ਮਿਲਦੇ ਹਾਂ ਅਗਲੇ ਪਾਰਟ ਦੇ ਵਿੱਚ